वाहेगुरू जी, वाहेगुरू, वाहेगुरू, वाहेगुरू जी, वाहेगुरू। धन वाहेगुरु जी, गुरु गरीब निवास, वाहेगुरु, वाहेगुरु। धन श्री गुरु ग्रंथ साहिब जीओ महाराज। जन्म मरण दो मैं नहीं, जन पर उपकारी आए, जन पर उपकारी आए, जी दान दे भगती लाए न, हर स्यों लैन मिलाए, सच्चा अमृत सच्ची पातशाही, सच्चे से तीरा दे सच्चा सुख सच्ची वड्याई, सच्चा सुख सच्ची वड्याई, सच्चा सुख सच्ची वड्याई, सच्चा सुख सच्ची वड्याई, जिसके से तिन जाती, जिसके से तिन जाती, सच्चा अमर सच्ची पातशाही, सतगुरु जी तेरे प्यारियां दे, अमर सच्ची पातशाही, रब्बा तेरे साधुआं दे, ओ सच्चा अमर सच्ची पातशाही, रब्बा तेरे प्यारियां दी, सच्चा अमर सच्ची पातशाही, रब्बा तेरे साधुआं दी, अमर सच्ची रब्बा तेरे साधुआं दी, लवाओ हाजरी, अमर सच्ची पातशाही, रब्बा तेरे साधुआं दी, सच्चा अमर सच्ची पातशाही, रब्बा तेरे अमर सच्ची पातशाही, रब्बा तेरे प्यारियां दी, ओ सच्चा अमर सच्ची पातशाही,
ਤੇਰੇ ਜੀ ਪਿਆਰਿਆਂ ਦੀ ਰੱਬਾ ਤੇਰੀਆਂ ਅਮਰ ਸੱਚੇ ਪਾਤਸ਼ਾਹ ਰੱਬਾ ਤੇਰੇ ਪਿਆਰਿਆਂ ਦੀ ਅਮਰ ਸੱਚੇ ਪਾਤਸ਼ਾਹ ਰੱਬਾ ਤੇਰੇ ਸਾਧੂਆਂ ਦੀ ਉਹ ਸੱਚਾ ਅਮਰ ਸੱਚੀ ਪਾਤਸ਼ਾਹ ਰੱਬਾ ਤੇਰੇ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਵੱਡੇ ਭਾਗਾਂ ਵਾਲਿਆਂ ਜੋ ਮਹਾਂਪੁਰਖਾਂ ਦੇ ਪਾਵਨ ਤਪ ਸਥਾਨ ਦੇ ਉੱਤੇ ਆਪ ਜੀ ਮਿਲ ਕਰਕੇ ਵੱਖ ਵੱਖ ਜਥਿਆਂ ਦੇ ਕੋਲੋਂ ਗੁਰਮਤਿ ਦੀਆਂ ਵਿਚਾਰਾਂ ਦੀ ਸਾਂਝ ਸਰਵਣ ਕਰ ਰਹੇ ਹੋ। ਮਹਾਰਾਜ ਜੀ ਕਹਿੰਦੇ ਵੱਡੇ ਭਾਗ ਹੁੰਦੇ ਆ ਜਦੋਂ ਸੰਗਤ ਮਿਲਦੀ ਹੈ। ਸੁਣਿਓ, ਇਕਾਗਰਤਾ ਜ਼ਰੂਰ ਭੈਣੋ ਬਣਾਓ, ਇਹ ਸਤ ਸੰਗਤ ਹੈ, ਇਹਨੂੰ ਮੇਲਾ ਨਾ ਬਣਾਓ। ਜਿੰਨਾ ਕੁ ਸਮਾਂ ਕੀਰਤਨ ਹੋਣਾ ਉਹਨਾਂ ਕੁ ਸਮਾਂ ਤੇ ਮਨ ਜੋੜ ਲਈਏ, ਉਹਨਾਂ ਤੇ ਮਨ ਟਿਕਦਾ ਹੀ ਨਹੀਂ, ਟਿਕਦਾ। ਇਸ ਕਰਕੇ ਇਕਾਗਰਤਾ ਜ਼ਰੂਰ ਬਣਾਓ। ਐ ਢਾਣੀਆਂ ਨੀ ਬਣਾ ਕੇ ਨਾ ਸੰਗਤ ਵਿੱਚ ਬਹਿ ਕੇ ਗੱਲਾਂ ਨਾ ਕਰੀਏ। ਮਹਾਰਾਜ ਜੀ ਦਾ ਹੁਕਮ ਹੈ, ਸਤਸੰਗ ਚਲਦੇ ਜੋ ਬਾਤ ਚਲਾਵੇ, ਗੋਬਿੰਦ ਸਿੰਘ ਜਮ ਧੱਕੇ ਖਾਵੇ, ਰਹਿਤ ਨਾਮਿਆਂ ਦਾ ਬਚਨ। ਸਿੱਖ ਤੇ ਗੁਰੂ ਦੀ ਸੰਗਤ ਵਿੱਚ ਆਉਂਦਾ ਜਮਾਂ ਦੀ ਮਾਰ ਤੋਂ ਬਚਣ ਲਈ। ਵੀ ਪਾਤਸ਼ਾਹ ਸਾਡਾ ਜੀਣਾ ਮਰਨਾ ਕੱਟ ਦਿਓ, ਜੰਮਣ ਮਰਨਾ ਕੱਟ ਦਿਓ। ਮਾਰ ਆਉਂਦੇ ਤੇ ਆਪਾਂ ਜੀਵਨ ਮਰਨ ਕਟਾਉਣ ਹੈ, ਜੰਮਣ ਮਰਨਾ ਕਟਾਉਣ। ਤੇ ਜਨਮ ਤੇ ਮਰਨ ਕੱਟਤਾ ਹੋਣਾ ਜੇ ਗੁਰੂ ਦੇ ਚਰਨਾਂ ਦੇ ਵਿੱਚ ਪ੍ਰੇਮ ਨਾਲ ਬੈਠਾਂਗਾ। ਮੈਂ ਪਿੱਛੇ ਸੰਗਤ ਨੂੰ ਬੇਨਤੀ ਕਰਦਾ ਵੀ ਆ ਮੋਹਰੇ ਜਗ੍ਹਾ ਬਹੁਤ ਹੈ, ਭਾਈਆਂ ਨੂੰ ਬੇਨਤੀ ਹੈ ਵੀ ਗਾਂਹ ਗਾਂਹ ਨੂੰ ਹੋ ਜਾਓ, ਕਿਉਂਕਿ ਪਿੱਛੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਰਾਹ ਬੰਦ ਹੋ ਗਿਆ, ਬੜੀ ਸੰਗਤ ਨੇ ਹਜੇ ਆਉਣਾ ਹੈ। ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰੋ, ਗਾਂ ਪੰਡਾਲ ਦੇ ਮੋਹਰੇ ਜਗ੍ਹਾ ਬਹੁਤ ਖਾਲੀ ਪਈ ਹੈ, ਮੋਹਰੇ ਨੂੰ ਆ ਜਾਓ। ਡਰੋ ਨਾ, ਕਿਸੇ ਨੂੰ ਕੋਈ ਤੁਹਾਡੇ ਕੋਲੋਂ ਸਵਾਲ ਨਹੀਂ ਪੁੱਛਣਾ। ਸਕੂਲਾਂ 'ਚ ਅੱਗੇ ਇੱਦਾਂ ਹੁੰਦਾ ਸੀ ਵੀ ਜਿਹੜਾ ਨਲਾਇਕ ਬੱਚਾ ਹੁੰਦਾ ਸੀ ਨਾ, ਉਹ ਪਿੱਛੇ ਜਾ ਕੇ ਬਹਿੰਦਾ ਹੁੰਦਾ ਸੀ, ਡਰਦਾ ਵੀ ਕੋਈ ਕੁਛ ਪੁੱਛ ਨਾ ਲਓ। ਪਰ ਗੁਰਮੁਖੋ, ਇੱਥੇ ਤੇ ਆਪਾਂ ਸਾਰੇ ਸੰਗਤ ਰੂਪ ਹੋ ਕੇ ਆਏ ਹਾਂ, ਗਾਹ ਨੂੰ ਹੋ ਕੇ ਬੈਠੋ। ਪਿੱਛੇ ਜਿਹੜਾ ਰਸਤਾ ਬੰਦ ਹੋਇਆ, ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਮਹਾਰਾਜ ਦੇ ਨੇੜੇ ਨੂੰ ਆ ਜਾਓ। ਬੀਬੀਆਂ ਨੂੰ ਬੇਨਤੀ ਹੈ ਵੀ ਇੱਧਰਲੀ ਸਾਈਡ ਨੂੰ ਹੋ ਜਾਓ, ਨਾਲ ਨਾਲ ਨੂੰ ਹੋ ਜਾਓ, ਐ ਪਿੱਛੇ ਪਿੱਛੇ ਹੋ ਕੇ ਨਹੀਂ ਬੈਠੀ ਦਾ। ਅੱਜ ਸਰੀਰ ਕਰਕੇ ਗੁਰੂ ਦੇ ਕੋਲ ਹੋਵੋ, ਕੱਲ ਨੂੰ ਪਾਤਸ਼ਾਹ ਜੀ ਕਿਰਪਾ ਕਰਨਗੇ ਮਨ ਕਰਕੇ ਸਾਨੂੰ ਆਪਣੇ ਕੋਲ ਬਾਣ, ਮਨ ਕਰਕੇ। ਤੇ ਜੇ ਅੱਜ ਆਪਾਂ ਸਰੀਰ ਕਰਕੇ ਉਹ ਦੂਰ ਜਾ ਕੇ ਬਹਿੰਦੇ ਹਾਂ, ਹਾਂ ਚਲੋ ਪੰਡਾਲ ਭਰਿਆ ਹੋਵੇ, ਜਗ੍ਹਾ ਨਾ ਹੋਵੇ, ਫੇਰ ਗੱਲ ਹੋਰ ਹੈ, ਜਗ੍ਹਾ ਤੇ ਬਹੁਤ ਜ਼ਿਆਦਾ ਹੈ। ਇੱਥੋਂ ਸ਼ੁਰੂ ਕਰੋ, ਨੇੜਿਓ ਗੁਰੂ ਦੀ ਗੱਲ ਸਮਝਦੇ ਲੱਗੇ, ਸੁਣਨ ਨੂੰ ਜੀ ਤੇ ਕਰੇ,
असल च माफ करियो ढाणियां बना के वह बहिंदा जिन्हें गल्लां करनियां होंदियां पिछे जे बहिंदे आ ना प्रचारक देखे ना जिहड़े अनाउंस करन वाले भाई साहब वह देखण सानू कोई कवे ना ते माफ करियो आ एडा सोहना पंडाल दुनियावी गल्लां वास्ते नहीं इत्थे ते रब दीआं गल्लां करन वास्ते आपां बैठे आओ गुरफतेह दी सांझ सब तो पहला पाईए कोई रसना वांझी ना रवे प्रेम ते सत्कार दा सबूत दिओ गज वज के गुरफतेह दी सांझ पाओ सारी संगत प्रेम दे विच गज के आखो वाहेगुरु जी का खालसा वाहेगुरु जी की फतेह। आओ हुण विचार करिए कुछ महाराज जी कहिंदे शरीर मिल गया वड्डे भागां दे नाल चंगे कर्म होण तां मनुख जन्म मिलदा है। साडे महापुरख ते इंज वी कहिंदे हुंदे आ वी जे इह इक वारी पौड़ी खिसकी खिसक गई ना पौड़ी छुटकी हाथ ना आवे फिर हाथ नहीं आउणी। साढ़े सत्त अरब साल लगने है 84 लख जून भुगतण वास्ते। ते महाराज जी कहिंदे जे हुण मिल गई है ते इहदा लाहा लईए। तिलाहा की है भजो गोबिंद भूल मत जाहो मानस जन्म का यही लाभ। महाराज कहिंदे जन्म दे विच इस जीवन विच आण के हर वेले भजन कर सास सास सिमरो गोबिंद मन अंतर की उतरै केंद्र। महाराज कहिंदे भजन करन वास्ते भई प्राप्त मानुख देहुरिया गोबिंद मिलन की ए तेरी बरिया ए तेरी बरिया। ते कई कहणगे रब्बा ਮੈਨੂੰ ਪੁੱਤ ਵਿਆਹ ਲੈਣ ਦੇ ਫੇਰ ਮੈਨੂੰ ਚੱਕ ਲਈ ਭਾਵੇਂ ਤੈਨੂੰ ਕੋਈ ਪੁੱਛਣ ਵਾਲਾ ਹੋਵੇ ਏਡੀ ਸੋਹਣੀ ਜੀਵਨ ਯਾਤਰਾ ਕਰਨ ਵਾਸਤੇ ਤੈਨੂੰ ਭੇਜਿਆ ਕੱਲਾ ਪੁੱਤ ਵਿਆਹਣਾ ਤੂੰ ਆਪਣਾ ਮਨੋਰਥ ਸਮਝਿਆ। ਮਹਾਰਾਜ ਕਹਿੰਦੇ ਨਹੀਂ ਉਹ ਭੁੱਲਿਆ ਇਹ ਜੀਵਨ ਨੂੰ ਵਿਅਰਥ ਨਾ ਗਵਾ ਭਜਨ ਕਰਕੇ ਉਸ ਪਰਮੇਸ਼ੁਰ ਨੂੰ ਮਿਲ ਲਾ ਜੇ ਤੂੰ ਮਿਲਣ ਵਾਸਤੇ ਆਇਆ। ਜੇ ਅਜਾਈ ਇਹ ਇੰਜੀ ਚਲਾ ਗਿਆ ਨਾ ਫਿਰ ਇਹ ਤੇਰੀ ਵਾਰੀ ਜੀ ਗੋਬਿੰਦ ਮਿਲਣੇ ਦੀ ਇਹ ਤੇਰੀ ਵਾਰੀ ਜੀ ਗੋਬਿੰਦ ਮਿਲਣੇ ਦੀ ਇਹ ਤੇਰੀ ਵਾਰੀ ਜੀ ਗੋਬਿੰਦ ਮਿਲਣੇ ਦੀ ਤੇਰੀ ਵਾਰੀ ਦੀ ਗੋਬਿੰਦ ਮਿਲਣੇ ਇਹ ਤੇਰੀ ਵਾਰੀ ਦੀ ਗੋਬਿੰਦ ਮਿਲਣੇ ਦੀ ਤੇਰੀ ਵਾਰੀ ਦੀ ਗੋਬਿੰਦ ਵਾਰੀ ਦੀ ਗੋਬਿੰਦ ਮਿਲਣੇ ਦੀ ਅੱਜ ਕੇ ਹੋ ਤੇਰੀ ਵਾਰੀ ਦੀ ਗੋਬਿੰਦ ਹਾਂ ਇਹੋ ਤੇਰੀ ਵਾਰੀ ਦੀ ਗੋਬਿੰਦ ਮਿਲਣੇ ਦੀ ਇਹੋ ਤੇਰੀ ਵਾਰੀ ਤੇਰੀ ਵਾਰੀ ਇਹੋ ਤੇਰੀ ਵਾਰੀ ਓ
वारी ए तेरी वारी ओ गोविंद मिलने दी ए तेरी वारी ए तेरी वारी बादशाह जी कहते हैं जीवन तेनू मिले भजन करने वास्ते बंदगी करने वास्ते उस अकाल पुरख वाहेगुरु मिलने वास्ते जिहदे नालों बिछड़ के आया साढ़े महापुरख दसते होंगे मिलाप के जतन ओ कर सकता है जिन्हों विछोड़े का एहसास माफ करियो जिन्हें आप बैठे सारे की मैं नहीं गल करता पर 99% आप जिन्हों अजे तक यही नहीं एहसास होया कि आप रब नालों विछड़ के आए हैं तो उस रब नूं मिलना ब्रह्म ज्ञानी साधु है श्रीमान संत बाबा सतपाल सिंह जी सारी वाले महापुरख दसते होंगे कहते जिवें बच्चा अपनी मां की प्यो की उंगल फड़ के मेला वेखन जाता है सुनियो ध्यान नाल मैणो एकाग्रता जरूर बनाओ गल्लां करन नूं दो घंटे बाद समागम समाप्त हो जाना तुहानू किसे ने नहीं कहना चुप करो माफ करियो आज जिहड़ा समा हुण मिलिया लख जतन कर लियो इदां दा समा कल नहीं बनना ते भागा नाल संगत मिली इहदा लाहा लईए जिवें एक बच्चा मेला वेखण जांदा है जिन्ना चिर ते उहने बापू की उंगल फड़ी है मां की उंगल फड़ी है उहनू मेले विच लगियां दुकानां खिडौणियां दीआं सोहणियां लगदियां है उहनू चंडोल सोहणे लगदे है उहनू मिठाइयां सोहणियां लगदियां है पर एक समा आ जांदा है वो अपनी मां की जां प्यो की उंगल छड बैठदा मेले विच गवाच जांदा है जिन्ना चिर एहसास नहीं होंदा उन्ना चिर ते मेले च घूमदा है सब कुछ चंगा लगदा है पर फिर उहनू एहसास हो जांदा है कि मेरी मां मेरा प्यो विछड़ गया फिर दुकाना उही है खिडौने उही है चंडोल उही है मिठाइयां उही है दुकाना वाले कहते काका आ खड़ौना लै ला चुप कर दिया कहते नहीं मैनू खड़ौना नहीं चाहिए मैनू मेरी मां चाहिए वो कहते चल आ मठियाई खा ला हुणी चुप कर जा कहते नहीं मठियाई नहीं मैनू मां चाहिए है ते जदों फिर मां नाल मिलाप हो जाता है ना उहदे सारे रोने मुक जाते महाराज कहते दुनियादारी है ना जमीना जायदादा गड्डिया कोठिया ये खड़ौने है पातशाह ने परचाया होया है असी एहसास नहीं सानू हजे तक भी आपां विछड़े हां तां करके कोठियां कारां गड्डियां स्कूटर सारे सानू चंगे लगदे आ ते जिन्हां साधुआं नूं एहसास हो गया ना कि मैं विछड़ के आया ते मिलना उन्हां वास्ते सोना ते मिट्टी इक बराबर है ਉਹ ਨਹੀਂ ਉਹਨਾਂ ਨੂੰ ਨਹੀਂ ਫਿਰ ਚੰਗਾ ਲੱਗਦਾ ਉਹ ਤੇ ਬਸ ਇੱਕੋ ਫਿਰ ਪਰਮੇਸ਼ਰ ਦੇ ਨਾਮ ਵਿੱਚੋਂ ਹੀ ਰਸ ਲੈਂਦੇ ਉਹ ਤੇ ਇੱਕੋ ਗੱਲ ਕਹਿ ਕੇ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਹਰ ਕੋ ਭਗਤ ਤ੍ਰਿਲੋਚਨ ਜੀ ਹੋਏ ਆ ਉਹ ਸਮਾਂ ਜਿਹੜਾ ਹੈ ਨਾ 15 ਕੁ ਮਿੰਟ ਦਾ ਰਹਿ ਗਿਆ
ਉਹਦੇ ਵਿੱਚ ਵਿੱਚ ਆਪਾਂ ਸਮਾਪਤੀ ਕਰਨ ਦਾ ਯਤਨ ਕਰਨਾ ਹੈ ਕਿਉਂਕਿ ਬੜੇ ਬੁਲਾਰੇ ਮਹਾਂਪੁਰਖਾਂ ਦੇ ਪ੍ਰੇਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਸਾਰਿਆਂ ਦੀਆਂ ਹਾਜ਼ਰੀਆਂ ਲੱਗਣੀਆਂ ਚਾਹੀਦੀਆਂ ਧੰਨ ਭਗਤ ਤਰਲੋਚਨ ਜੀ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੁਭਾਏ ਮਾਨ ਨੇ ਜਿਨ੍ਹਾਂ ਨੂੰ ਰੋਜ਼ ਆਪਾਂ ਸੀਸ ਝੁਕਾਉਂਦੇ ਹਾਂ ਵੇਖੋ ਦੈਵੀ ਗੁਣ ਹੁੰਦੇ ਆ ਚੰਗੇ ਗੁਣ ਸ਼ੁਭ ਗੁਣ ਹੈ ਇਹਨਾਂ ਜਿਹੜੇ ਇਹਨਾਂ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ ਸ਼ੁਭ ਗੁਣ ਧਾਰਨੇ ਸ਼ੁਰੂ ਕਰੋ ਅੱਜ ਸੱਚ ਬੋਲਣਾ ਸ਼ੁਰੂ ਕਰੋ ਕਿਸੇ ਦੀ ਮਦਦ ਕਰਨੀ ਸ਼ੁਰੂ ਕਰੋ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰੋ ਪਿਆਸੇ ਨੂੰ ਪਾਣੀ ਦੇਣਾ ਸ਼ੁਰੂ ਕਰੋ ਏਦਾਂ ਦੇ ਸ਼ੁਭ ਗੁਣ ਜਿੱਦਣ ਤੁਹਾਡੇ ਅੰਦਰ ਆਉਣ ਲੱਗ ਪਏ ਫਿਰ ਮਨ ਨੂੰ ਕਹਿਣਾ ਨਹੀਂ ਪੈਣਾ ਚੱਲ ਗੁਰਦੁਆਰੇ ਮਨ ਆਪ ਕਹੇਗਾ ਵੀ ਬਹਿਣਾ ਹੈ ਇੱਥੇ ਕਿਉਂਕਿ ਗੁਰਬਾਣੀ ਗੁਰਬਾਣੀ ਸੱਚ ਕਹਿੰਦੀ ਹੈ ਨਾ ਵੀ ਵਿਣ ਗੁਣ ਕੀਤੇ ਭਗਤ ਨਾ ਹੋਏ ਜਿੰਨਾ ਚਿਰ ਤੇਰੇ ਅੰਦਰ ਗੁਣ ਨਹੀਂ ਨਾ ਇਕੱਤਰ ਹੁੰਦੇ ਉਹਨਾਂ ਚਿਰ ਤੂੰ ਭਗਤੀ ਨਹੀਂ ਕਰ ਸਕਦਾ ਤੇ ਸਾਧੂਆਂ ਦਾ ਜੀਵਨ ਪੜ੍ਹ ਲਿਓ ਕਿੰਨੇ ਕੁ ਸ਼ੁਭ ਗੁਣ ਹੁੰਦੇ ਆ ਦਇਆ ਮਿਲਦੀ ਹੈ ਦੁਕਾਨ ਤੋਂ ਵੀ 2 ਕਿਲੋ ਦਇਆ ਜੋਖ ਦੇ ਭਾਈ ਨਹੀਂ ਇਹ ਤੇ ਗੁਰੂ ਕਿਰਪਾ ਕਰੇ ਤਾਂ ਦਇਆ ਅੰਦਰ ਸਾਧੂਆਂ ਦੀ ਸੇਵਾ ਕਰਨ ਦਾ ਮਨ ਉਦੋਂ ਬਣਦਾ ਹੈ ਜਦੋਂ ਪਰਮੇਸ਼ਰ ਆਪ ਬਣਾ ਦਿੰਦੇ ਸ਼ੁਭ ਗੁਣ ਸੀ ਭਗਤ ਤਰਲੋਚਨ ਦੇ ਮਨ ਅੰਦਰ ਆਇਆ ਹੋਇਆ ਸਾਧੂਆਂ ਨੂੰ ਜਿਉਂ ਆਇਆ ਕਹਿੰਦਾ ਸੀ ਮੁੱਠੀ ਚਾਪੀ ਕਰਦਾ ਸੀ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਉਂਦਾ ਸੀ ਤੇ ਜਦੋਂ ਫਿਰ ਸਮਾਂ ਮਿਲਦਾ ਸੀ ਬਹਿ ਕੇ ਵਾਹਿਗੁਰੂ ਦਾ ਭਜਨ ਵੀ ਕਰਦੇ ਸੀ ਤੇ ਹੁਣ ਸੁਣਿਓ ਜਿਹੜੇ ਇਹਨਾਂ ਦੇ ਘਰੋਂ ਸੀ ਨਾ ਮਾਤਾ ਜੀ ਉਹਨਾਂ ਦਾ ਵੀ ਸੁਭਾਅ ਇਦਾਂ ਦਾ ਸੀ ਵੀ ਮੈਨੂੰ ਸਮਾਂ ਮਿਲੇ ਸਹੀ ਐ ਰੱਬਾ ਮੈਂ ਤੇਰੇ ਸਾਧੂਆਂ ਦੀ ਰੱਜ ਰੱਜ ਸੇਵਾ ਕਰਾਂ ਆ ਹੁਣ ਤੇ ਚਲੋ ਅੱਗੇ ਹੁੰਦਾ ਸੀ ਨਾ ਸੁਭਾਅ ਪ੍ਰਾਹੁਣਿਆਂ ਨੇ ਘਰ ਆਉਣਾ ਤੇ ਨੰਗੇ ਮੰਜੇ ਤੇ ਨਹੀਂ ਸੀ ਬੈਠਣ ਦਿੰਦੇ ਪ੍ਰਾਹੁਣੇ ਮਾਫ਼ ਕਰਿਓ ਮਹਿਮਾਨ ਨੂੰ ਭਗਵਾਨ ਦਾ ਰੂਪ ਸਮਝਿਆ ਜਾਂਦਾ ਸੀ ਅੱਗੇ ਬਜ਼ੁਰਗ ਬੈਠੇ ਆ ਪੁੱਛ ਲਿਓ ਜੇ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਣਾ ਨਾ ਤੇ ਨੰਗੇ ਮੰਜੇ ਤੇ ਨਹੀਂ ਸੀ ਕੋਈ ਭਾਉਂਦਾ ਹੁੰਦਾ ਕਹਿਣਾ ਚਾਦਰ ਵਿਛਾਓ ਪ੍ਰਾਹੁਣੇ ਆਏ ਜਲ ਪਾਣੀ ਛਕਾਉਣਾ ਤੇ ਭੈਣਾਂ ਨੂੰ ਚਾਹ ਚੜ੍ਹ ਜਾਂਦਾ ਸੀ ਵੀ ਸਾਡੇ ਘਰ ਕੋਈ ਆਇਆ ਹੈ ਮਾਫ਼ ਕਰਿਓ ਜਿੱਦਾਂ ਜਿੱਦਾਂ ਸਮਾਂ ਬਦਲੀ ਜਾਂਦਾ ਹੈ ਉਦਾਂ ਉਦਾਂ ਸਾਡੀਆਂ ਸੁਰਤੀਆਂ ਦੇ ਵਿੱਚ ਵੀ ਫਰਕ ਪਈ ਜਾਂਦਾ ਹੈ ਹੁਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਆਏ ਹੋਣ ਸੰਗਤਾਂ ਨੇ ਘਰ ਆਉਣਾ ਹੋਵੇ ਅੱਗੇ ਤੇ ਬੀਬੀਆਂ ਰਲ ਕੇ ਪ੍ਰਸ਼ਾਦਾ ਪਕਾਉਣਾ ਹੱਥੀ ਸੇਵਾ ਕਰਨੀ ਤੇ ਹੁਣ ਕਿਤੇ ਅਖੰਡ ਪਾਠ ਸਾਹਿਬ ਰੱਖੇ ਹੋਣ ਨਾ ਤੇ ਬੀਬੀ ਭੈਣ ਘਰ ਵਾਲੇ ਨੂੰ ਪਹਿਲਾਂ ਕਹਿ ਦਿੰਦੀ ਹੈ ਸੁਣੋ ਜੀ ਪ੍ਰਸ਼ਾਦਾ ਪਕਾਉਣ ਵਾਲੇ ਵੀ ਬਾਹਰੋਂ ਕਰੇ ਆਇਓ ਵਰਤਾਉਣ ਵਾਲੇ ਬਹਿਰੇ ਵੀ ਬਾਹਰੋਂ ਕਰੇ ਆਇਓ ਭਾਂਡੇ ਧੋਣ ਨੂੰ 2-4 ਬੀਬੀਆਂ ਵੀ ਬਾਹਰੋਂ ਕਰੇ ਆਇਓ ਸਾਡਾ ਨਹੀਂ ਸਮਾਂ ਲੱਗਣਾ ਤੇ ਜੇ ਸੇਵਾ ਸਾਡੇ ਜੀਵਨ ਵਿੱਚ ਨਹੀਂ ਤੇ ਫਲ ਕਾਹਦਾ ਮਿਲਣਾ ਸੋਹਣੇ ਸੋਹਣੇ ਸੂਟ ਪਾ ਕੇ ਘੁੰਮਣ ਦਾ ਤੇ ਭੋਗ ਵਾਲੇ ਦਿਨ ਤਾਂ ਮਾਫ਼ ਕਰਿਓ ਸਾਡੇ ਰਿਸ਼ਤੇਦਾਰ ਹੀ ਨਹੀਂ ਸਾਹਮਣੇ ਜਾਂਦੇ ਫਿਰ ਸਾਨੂੰ ਇਹ ਹੁੰਦਾ ਵੀ ਕਿਤੇ ਭੂਆ ਨਾ ਪਕੌੜਿਆਂ ਤੋਂ ਰੁੱਸ ਜਾਏ ਮਾਸੜ ਨਾ ਰਹਿ ਜਾਏ ਤੇ ਸੇਵਾ ਕਰਾਂਗੇ ਤੇ ਸੇਵਾ ਦਾ ਫਲ ਮਿਲਣਾ ਭਗਤ ਤਰਲੋਚਨ ਦੇ ਘਰੋਂ ਜਿਹੜੀ ਉਹਦੇ ਮਨ ਵਿੱਚ ਬੜਾ ਚਾਅ ਰਹਿੰਦਾ ਸੀ ਵੀ ਕੋਈ ਸਾਧੂਆਂ ਦੀ ਮੰਡਲੀ ਆਵੇ ਤੇ ਮੈਂ ਰੱਬ ਦੇ ਪਿਆਰਿਆਂ ਸਾਧੂਆਂ ਸੰਤਾਂ ਦੀ ਭੱਜ ਭੱਜ ਕੇ ਸੇਵਾ ਕਰਾਂ ਵੀਆਂ ਸਾਧੂਆਂ ਦਾ ਪ੍ਰਸ਼ਾਦਾ ਇਕੱਲੀ ਉਹ ਮਾਤਾ ਬਣਾ ਲਈ ਸੀ ਇਕੱਲੀ ਤੇ ਹੁਣ ਨਾ ਜਿੱਦਾਂ ਜਿੱਦਾਂ ਸਮਾਂ ਬੀਤਿਆ ਮਾਤਾ ਦਾ ਸਰੀਰ ਹੋ ਗਿਆ ਬਜ਼ੁਰਗ ਆਪਣੇ ਪਤੀ ਦੇਵ ਨੂੰ ਭਗਤ ਤਰਲੋਚਨ ਜੀ ਨੂੰ ਮਾਤਾ ਜੀ ਕਹਿੰਦੇ ਸਵਾਮੀ ਜੀ ਸੇਵਾ ਕਰਨ ਨੂੰ ਮਨ ਬੜਾ ਹੈ ਇੱਛਾ ਬੜੀ ਹੈ ਪਰ ਹੁਣ ਸਰੀਰ ਹੋ ਗਿਆ ਬਜ਼ੁਰਗ ਓਨੀ ਖੇਚਲ ਨਹੀਂ ਚੱਲਦਾ ਕਹਿੰਦੇ ਅੱਛਾ ਫਿਰ ਖੇਚਲ ਚੱਲਦਾ ਨੀ ਪਰ ਸੇਵਾ ਵਾਲਾ ਚਾਹ ਹੈ ਉਹ ਨੀ ਘਟਦਾ ਉਹ ਪੂਰਾ ਹੀ ਹੈ ਸੇਵਾ ਚਾਹ ਨਾਲ ਹੁੰਦੀ ਹੈ ਮਨ ਮਾਰ ਕੇ ਹੁੰਦੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ
ਜਿੱਥੇ ਸਤਿਗੁਰ ਦਾ ਮਨ ਮੰਨੇ ਸੇਵਾ ਉਹ ਸਫਲ ਹੈ ਤੇ ਆਪਾਂ ਸੇਵਾ ਮਾਫ ਕਰਿਓ ਅਸੀਂ ਤੇ ਝਾੜੂ ਵੀ ਉੱਥੇ ਮਾਰਦੇ ਜਿੱਥੇ 15 ਕੁ ਜਾਣੇ ਸਾਨੂੰ ਵੇਖਦੇ ਹੁਣ ਕਹਿਣ ਲੱਗਾ ਵੀ ਬੋਲਣਾ ਬੜਾ ਚੰਗਾ ਤੜਕੇ ਹੀ ਝਾੜੂ ਮਾਰਨ ਆ ਜਾਂਦਾ ਗੁਰੂ ਜਿੱਥੇ ਕੋਈ ਸਾਨੂੰ ਵੇਖਦਾ ਨਹੀਂ ਉੱਥੇ ਆਪਾਂ ਸੇਵਾ ਵੀ ਨਹੀਂ ਕਰਦੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਅਸਥਾਨ ਤੋਂ ਬਾਬਾ ਜੀ ਆਏ ਹੈ ਹਜ਼ੂਰ ਸਾਹਿਬ ਬੜੀ ਵਾਰੀ ਦਰਸ਼ਨ ਕੀਤੇ ਸਾਹਿਬ ਦੀ ਹਾਜ਼ਰੀ ਕੀਰਤਨ ਦੀ ਭਰ ਕੇ ਆਏ ਹੈ ਬਾਬਾ ਨਰਿੰਦਰ ਸਿੰਘ ਜੀ ਪਾਸੋਂ ਵੀ ਬੜੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਉੱਥੇ ਤੇ ਕਾਰ ਸੇਵਾ ਦੇ ਵਿੱਚ ਨਾ ਅਸਲ ਦੇ ਵਿੱਚ ਸੇਵਾ ਕਰਨੀ ਸਿਖਾਉਂਦੇ ਹੈ ਉੱਥੇ ਇਹ ਦੱਸਿਆ ਜਾਂਦਾ ਸੇਵਾ ਕਰਨੀ ਕੱਪੜਿਆਂ ਵੱਲ ਨਹੀਂ ਵੇਖਦਾ ਭਿੱਜਦੇ ਆ ਨਿਬੜਦੇ ਆ ਜਾਂ ਕੀ ਹੁੰਦਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਨੇ ਨਦੀਨ ਕੱਢ ਕੇ ਨਾ ਕੱਖ ਕੱਢ ਕੇ ਝੋਨੇ ਦੀ ਫਸਲ ਚੋਂ ਐ ਚਿੱਕੜ ਨਾਲ ਭਰੀ ਹੋਈ ਪੰਡ ਭਾਈ ਲਹਿਣੇ ਨੂੰ ਚੁਕਾ ਛੱਡੀ ਐ ਬਸਤਰ ਵੀ ਭਿੱਜ ਗਏ ਮੂੰਹ ਵੀ ਚਿੱਕੜ ਨਾਲ ਭਿੱਜ ਗਿਆ ਜਦੋਂ ਪੰਡ ਲਿਆ ਕੇ ਘਰ ਸਿੱਟੀ ਨਾ ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੀ ਸਤਿਗੁਰੂ ਜੇ ਭਾਈ ਲੈਣਾ ਤੁਹਾਡਾ ਕੋਈ ਬਚਨ ਮੋੜਦਾ ਹੀ ਨਹੀਂ ਅੱਜ ਚਿੱਕੜੀ ਚੁਕਾ ਛੱਡਿਆ ਹੈ ਤੇ ਧੰਨ ਬਾਬਾ ਲੈਣਾ ਜੀ ਨੇ ਭੱਜ ਕੇ ਜਾ ਕੇ ਮਾਤਾ ਦੇ ਚਰਨ ਫੜ ਲਏ ਮਾਂ ਇਹਨੂੰ ਚਿੱਕੜ ਨਾ ਕਹੇ ਤੇ ਕੇਸਰ ਦੇ ਸਿੱਟੇ ਹੈ ਇਹ ਸੇਵਾ ਦੇ ਭਾਗਾਂ ਨਾਲ ਮਿਲਦੀ ਹੈ ਮੇਰੇ ਗੁਰੂ ਨੇ ਮੈਨੂੰ ਸਮਝਾਇਆ ਸੇਵਾ ਸਫਲ ਉਨਾਦੀ ਹੋਵੇ ਸਫਲ ਜਿਹੜੇ ਚਿੱਤ ਲਾਗੇ ਕਰਦੇ ਸਫਲ ਮਹਾਰਾਜ ਕੋਈ ਆ ਜਾਏ ਮੇਰੇ ਨਾਲ ਮਦਦ ਕਰਾ ਦੇਵੇ ਤੇ ਫਿਰ ਮਹਾਰਾਜ ਜੀ ਜਿੰਨੀ ਮਰਜ਼ੀ ਸੰਗਤ ਆ ਜਾਏ ਮੈਂ ਤੇ ਸੰਗਤਾਂ ਲਈ ਪ੍ਰਸ਼ਾਦਾ ਤਿਆਰ ਕਰਿਆ ਕਰਾਂਗੀ ਕੋਈ ਮਿਲ ਜਾਏ ਟੇਲੂਆ ਕੋਈ ਨੌਕਰ ਮਿਲ ਜਾਏ ਅੱਛਾ ਭਗਵਾਨ ਨੇ ਚੱਲ ਕੋਈ ਨਹੀਂ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰਾਂਗੇ ਕੋਈ ਮਿਲੇਗਾ ਹੀ ਹੁਣ ਵੇਖੋ ਜਿਨ੍ਹਾਂ ਨੇ ਰੱਬ ਦੀ ਪੂਜਾ ਕੀਤੀ ਹੈ ਨਾ ਰੱਬ ਫਿਰ ਉਹਨਾਂ ਦੇ ਸਵਾਰਨ ਵਾਸਤੇ ਆਪ ਚੱਲ ਕੇ ਆ ਜਾਂਦਾ ਤੇ ਕਹਿੰਦੇ ਹੁਣ ਭਗਤ ਤਰਲੋਚਨ ਦੇ ਚਰਨਾਂ ਵਿੱਚ ਭਿੱਜ ਕੇ ਅਰਦਾਸ ਕੀਤੀ ਪਾਤਸ਼ਾਹ ਤੇਰੇ ਸਾਧੂਆਂ ਦੀ ਸੇਵਾ ਮਿਲਦੀ ਵੀ ਭਾਗਾ ਨਾਲ ਹੈ ਤੇ ਕਰ ਵੀ ਕੋਈ ਕੋਈ ਸਕਦਾ ਤਰੁੱਠ ਕੇ ਸਾਧੂਆਂ ਦੀ ਸੇਵਾ ਬਖਸ਼ੀ ਹੈ ਹੁਣ ਮੇਰੀ ਅਰਧਾਂਗਣੀ ਜਿਹੜੀ ਹੈ ਬਜ਼ੁਰਗ ਹੋ ਗਈ ਹੁਣ ਓਨੀ ਖੇਚਲ ਨਹੀਂ ਹੁੰਦੀ ਕੋਈ ਸੇਵਾਦਾਰ ਚਾਹੀਦਾ ਹੈ
कोई नौकर चाहिए जेड़ा नाल मदद करा सके। ते हुण रब नूं अपने प्यारे जेड़े भगत है महापुरख पढ़ते होंगे जिवें मावां नूं ने पुत्र प्यारे भगत प्यारे रब रब नूं जिवें भगत प्यारे मावां नूं जिवें पुत्र प्यारे रब नूं उदां भगत प्यारे है। अकाल पुरख ने सोचा भी मेरे सेवक नूं मेरे सिख नूं मेरे भगत नूं लोड़ है। इतिहास पढ़ लियो कहिंदे रब ने नौजवान मुंडे दा रूप धारण कीता बंदे दा रूप धार के जिथे भगत त्रिलोचन जी दा घर है उथे गलियां दे विच रब होका दिंदा फिरदा है। की होका दिंदा भी मैनू कोई नौकर रख लो रब वेखो रब कहिंदा मैनू कोई नौकर रख लो पढ़ियो हरी ने उच्ची उच्ची गोका लाए नौकर रख लो जी उच्ची उच्ची गोका लाए नौकर रख लो जी हरी ने उच्ची उच्ची गोका लाए नौकर रख लो जी हरी ने उच्ची उच्ची गोका लाए नौकर रख लो जी हरी ने उच्ची उच्ची गोका लाए नौकर रख लो जी हर उच्ची उच्ची गोका लाए नौकर रख लो जी रब ने उच्ची उच्ची गोका लाए नौकर रख लो उच्ची उच्ची गोका लाए नौकर रख लो नाम तेरा कहते अंतर जामी कहते वाह अंतर जामी कहना महाराज जल छको मैं तुहाडी मुट्ठी चापी कर दूंगा। शरीर का सुभा है ये थकदा भी है इनू दुख सुख आते जाते रहते भगत त्रिलोचन जी ने जो चरण घुटे ना मुठ्ठी चापी की कहते मिनटा के रब किसी की सेवा करे दुख रहन देगा रहन देगा फुल वर्गा शरीर कर दिता कहने अंतर जामी जिदा की सेवा तू करदा भी कदे नहीं वेखी भज भज के सेवा करते साधु आ जाते हैं पता ही नहीं लगता कदों पदार्थ बन जाते अंतर जामी हाथ भी सुचे कराउंदा है झूठे भांडे भी मांजदा है ते आण के माता जी नाल प्रशादे भी लवा दिंदा है ते माता जी जदों प्रशादे दिंदे आ ना जे अंतर जामी नूं चार प्रशादे दे दिते हुण वेखो श्रीमान संत बाबा करम सिंह जी होती मरदान वाले महापुरख जिहड़े है शंका ना कोई करियो साधु जिहड़ा है ना वह रब तो घट नहीं हुंदा रब वर्गा ही हुंदा है हर का सेवक सो हर भेद ना जानो मानस भुलेखा ना साजे हो कहिंदे साडे महापुरख बाबा सतपाल सिंह जी नूं ना किसे ने सवाल कीता सेवादार तकड़ा कोल रहण वाला हाथ जोड़े कहिंदे महापुरखो सानू भी रब मिल जाएगा। सुनो हुण ब्रह्म ज्ञानियां दे वचन है कहिंदे महापुरखो सानू भी कितें रब मिल जाएगा महापुरख कहिंदे भोलिया सानू ते बाबा ज्वाला सिंह हुणी कहिंदे हुंदे सी जिनू पूरा साधु मिल गया हुण रब ना लभे रब ही हुंदा धन बाबा उदय सिंह जी महाराज वेखो आपां सारे कमाउने आ घर दे पंज पंज सत सत जी कमाउंदे आ जिड्डा महल बाबा उदय सिंह दी याद विच बणिया कि एडीडियां कोठियां बणिया आ जिन्नी संगत उहनां दी याद विच आई है मरना आपां वी है आउंदा साडे भोग ते कोई इन्ना इन्ना हरीजा सौंदा कीर्तन दरबार हुंदे आ नहीं कहते भोलिया सानू तो महापुरखा ने दसिया भी जिन्हू महापुरख मिल जाते हैं रब लभण की लोड़ नहीं पैंदी साधुआं की महिमा पर अपार है। अच्छा सुनो बाबा करम सिंह जी फौज च नौकरी करते हैं ते पहरे दी उन्हां दी ड्यूटी है नौकरी पहरे ते है लगन ऐसी लगी है लाग ऐसी लगी है
ओदी याद विच जदों जुड़ के बह जांदे फिर समय दा पता नहीं लगता। बाबा नंद सिंह नूं किसे ने कहा सी, कहिंदे महाराज मैं सुणदा जरूर आ वी अठो अठो पैर दीआं साधुआं दीआं समाधियां लग जांदियां, इदां हुंदा है? महाराज कहिंदे हुंदा ते कोई कहिंदा है? कहिंदे जी मैनूं यकीन नहीं आउंदा। कहिंदे अच्छा फिर इदां करी इशनान करके आ जाई। महाराज ने ऐ सिर ते हथ रख्या, कहिंदे बोल वाहिगुरू, एको बार वाहिगुरू कहाया, सुरत जोड़ दित्ती, तीन दिन बैठे नूं हो गए। बाबा सत श्री अकाल। बाबा नंद सिंह ने फिर शब्द का वाजा दिता, कहिंदे वाहिगुरू कह के सुरत नूं थले लाया, कहिंदे भाई उठ। कहिंदे महाराज हजे हुण ते बैठा सी, हुणी ठाल लिया। कहिंदे अज तीजा दिन है, सो गुरमुखो जदों जुड़ जाइए ना फिर घंटिया की गल नहीं, जुड़िया होया नूं ते उम्र कदों लंघ गई यही नहीं पता लगता। जे टुटे ते दुख की एक घड़ी लंघाउणी भी औखी है, टुटिया नहीं। अच्छा बाबा करम सिंह होना नहीं ना, ए चौंकड़ा मार के बह जाना, अकाल पुरख की बंदगी करी जानी करी जानी। जेड़े हुण देखो सारे किसी बंदे दे सारे उपासक नहीं होंदे, निंदक भी होंदे है, ये नाल नाल जोड़ियां बना के भेजिया रब ने। दिन है रात है, जे कोई चंगा है माड़ा है, जे उस्तत करन वाला है ते निंदिया करन वाला भी रब ने नाल ही भेजिया। अच्छा जेड़े निंदक सी ना उन्होंने की किया, जाके अफसर दे कोल शिकायत की, कहिंदे ओ गल सुनो करम सिंह रात नूं ड्यूटी नहीं दिंदा चंगी तरह, वो ते चौंकड़ा मार के बह जांदा भावें कोई कोई लुट के लै जाए। ते ओ जिहड़ा अफसर सी ओ कहिंदा नहीं करम सिंह नहीं इंज कर सकदा, वो ते बहुत वधिया तरीके नाल पहरा दिंदा है, उहदे वर्गी ते ड्यूटी नहीं कोई करदा, वो अंग्रेज अफसर कहिंदा है। कहिंदे नहीं जी किते परख करके वेखियो, करम सिंह चौंकड़ा मार के बह जांदा, उहनूं पता ही नहीं लगदा मैं किथे बैठा। कहिंदे अच्छा अज मैं रात नूं जावांगा, मैं वेख के आवांगा करम सिंह नूं, वेख के आऊंगा आप। चुगलखोर ना चुगलियों बाज आउंदे गल कहिंदियां कहिंदियां कह हुण चुगली करदी अद्धी रात दा समय रब दे प्यारे उदों जागदे जदों दुनिया वाले सौ जांदे आ। महापुरखा ने चौंकड़ा मारिया बह गए, ओदी याद विच धन कल की तर पातशाह जी नूं चेते करदे ते भजन करी जांदे आ। ते अंग्रेज अफसर आ गया परख करन वास्ते, बाबा करम सिंह जी चौंकड़ा मार के बैठे आ, पर अपने प्यारियां दी लाज रखण वास्ते रब आ गया आप कल की तर पातशाह जी। ਐ ਜਿੱਥੇ ਕਰਮ ਸਿੰਘ ਮਹਾਰਾਜ ਜੀ ਦੀ ਡਿਊਟੀ ਸੀ ਨਾ ਪਹਿਰੇ ਦੀ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਐਂ ਖੜੇ, ਉਹ ਆਇਆ ਅੰਗਰੇਜ਼ ਅਫਸਰ, ਕਹਿੰਦੇ ਕਰਮ ਸਿਆਂ ਬਹੁਤ ਵਧੀਆ ਢੰਗ ਨਾਲ ਡਿਊਟੀ ਕਰ ਰਿਹਾ, ਅੱਛਾ ਇੱਦਾਂ ਕਰ ਆਪਣੇ ਸਾਈਨ ਕਰ ਦੇ ਇੱਥੇ ਰਜਿਸਟਰ ਦੇ ਉੱਤੇ, ਐ ਦਸਤਖਤ ਲੈ ਲੈ। ਆ ਗਏ ਤੇ ਸਾਰੀ ਗੱਲਬਾਤ ਜਦੋਂ ਵੇਖੀ ਨਾ ਤੇ ਸਵੇਰ ਨੂੰ ਅਫਸਰ ਕਹਿੰਦਾ ਇੱਦਾਂ ਕਰੋ ਕਰਮ ਸਿੰਘ ਨੂੰ ਸੱਦ ਕੇ ਲਿਆਓ, ਉਹਨੂੰ ਸ਼ਾਬਾਸ਼ ਦੇਣੀ ਹੈ। ਫੌਜ ਦਾ ਅਸੂਲ ਹੈ ਜਿਹੜਾ ਚੰਗੀ ਨੌਕਰੀ ਕਰਦਾ ਉਹਨੂੰ ਸ਼ਾਬਾਸ਼ ਵੀ ਮਿਲਦੀ ਹੈ, ਤੇ ਜਿਹੜਾ ਕੋਈ ਕੁਤਾਹੀ ਕਰਦਾ ਉਹਨੂੰ ਪਿੱਠੂ ਲਵਾ ਕੇ ਤੇ ਫਿਰ ਸਜ਼ਾ ਵੀ ਮਿਲਦੀ ਹੈ। ਅੱਛਾ ਬਾਬਾ ਕਰਮ ਸਿੰਘ ਜੀ ਆ ਗਏ, ਕਹਿੰਦੇ ਕਰਮ ਸਿੰਘ ਜੀ ਤੁਹਾਡੇ ਵਰਗੀ ਡਿਊਟੀ ਨਹੀਂ ਕੋਈ ਕਰਦਾ, ਰਾਤ ਬਹੁਤ ਚੜ੍ਹਦੀ ਕਲਾ ਨਾਲ ਤੁਸੀਂ ਪਹਿਰਾ ਦਿੱਤਾ। ਤੇ ਬਾਬਾ ਕਰਮ ਸਿੰਘ ਜੀ ਸੱਚ ਨਾਲ ਜੁੜੇ ਆ ਤੇ ਸੱਚ ਬੋਲਦੇ ਆ, ਕਹਿੰਦੇ ਜੀ ਗੱਲ ਸੁਣੋ ਅਫਸਰ ਜੀ ਰਾਤ ਦੀ ਮੈਨੂੰ ਦੇ ਦਿਓ ਮਾਫੀ, ਰਾਤ ਮੈਂ ਪਹਿਰੇ ਤੇ ਹਾਜ਼ਰ ਨਹੀਂ ਸੀ। ਕਹਿੰਦੇ ਨਹੀਂ ਇਹ ਨਹੀਂ ਹੋ ਸਕਦਾ, ਮੈਂ ਤੇ ਆਪ ਤੈਨੂੰ ਚੈੱਕ ਕਰਕੇ ਆਇਆ, ਆਪ ਮੈਂ ਵੇਖ ਕੇ ਆਇਆ, ਪਰਖ ਕਰਕੇ ਆਇਆ, ਜੇ ਕਰਮ ਸਿਆ ਤੈਨੂੰ ਯਕੀਨ ਨਹੀਂ ਨਾ ਆ ਵੇਖ ਰਾਤ ਤੂੰ ਟਾਈਮ ਵੀ ਪਾਇਆ ਤੇ ਦਸਤਖਤ ਵੀ ਕੀਤੇ ਹੈ। ਬਾਬਾ ਕਰਮ ਸਿੰਘ ਨੇ ਅੱਖਾਂ ਚ ਭਰ ਲੈ ਮੈਂ ਤੂੰ ਕਹਿੰਦੇ ਸੱਚ ਜਾਣਿਓ ਅਫਸਰ ਜੀ ਮੈਂ ਨਹੀਂ ਸੀ ਗਿਆ, ਕਹਿੰਦੇ ਜੇ ਤੂੰ ਨਹੀਂ ਸੀ ਫਿਰ ਉਹ ਕੌਣ ਸੀ ਜਿਹੜਾ ਆ ਗਿਆ। ਇਹ ਭਾਵਕ ਹੋ ਗਿਆ ਬਾਬਾ ਕਰਮ ਸਿੰਘ ਜੀ,
ਕਹਿੰਦੇ ਮੈਂ ਜਿਨ੍ਹਾਂ ਦੀ ਯਾਦ ਵਿੱਚ ਬੈਠਾ ਸੀ ਨਾ ਪਹਿਰਾ ਦੇ ਗਿਆ ਕਲਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ ਪਹਿਰਾ ਦੇ ਗਿਆ ਕਲਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ ਉਹ ਪਹਿਰਾ ਦੇ ਗਿਆ ਕਲਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ ਬਣੋ ਖੁਸ਼ੀਆਂ ਦੇ ਪੈਰਾਂ ਦੇ ਗਿਆ ਕਲਗੀਆਂ ਵਾਲਾ ਮੈਂ ਤਾਂ ਉੱਥੇ ਗੈਰ ਹਾਜ਼ਰ ਸੀ ਹਾਂ ਮੈਂ ਤਾਂ ਉੱਥੇ ਸੀ ਗੈਰ ਹਾਜ਼ਰ ਸੀ ਮੈਂ ਤਾਂ ਉੱਥੇ ਸੀ ਗੈਰ ਹਾਜ਼ਰ ਸੀ ਉਹ ਮੈਂ ਤਾਂ ਉੱਥੇ ਸੀ ਕਦਰਵਾਨ ਵੀ ਹੋ ਜਾਂਦਾ ਕਹਿੰਦੇ ਅੱਛਾ ਕਰ ਮਸਿਆ ਇੰਜ ਕਰ ਕਰੀ ਕੁਝ ਨਾ ਬੰਦਗੀ ਕਰੀ ਗਈ ਪਰ ਤੇਰਾ ਨਾਮ ਨੀ ਕੱਢਣਾ ਕਹਿੰਦੇ ਨਹੀਂ ਮੈਂ ਤੇ ਰੋਜ ਚੌਂਕੜਾ ਮਾਰ ਕੇ ਬਹਿਣਾ ਇਸ ਨਾਚੀ ਲਈ ਰੋਜ ਕਲਗੀਆਂ ਵਾਲਾ ਪਹਿਰਾ ਦੇ ਮੈਂ ਲੇਖਾ ਕਿੱਥੇ ਦੇਣਾ ਆਖੋ ਸਤਨਾ ਰੋਜ ਕਲਗੀਆਂ ਵਾਲਾ ਇੰਜ ਹੀ ਪਹਿਰਾ ਦੇਣ ਆਉਂਦਾ ਰਿਹਾ ਮੈਂ ਲੇਖਾ ਕਿੱਥੇ ਦੇਣਾ ਕਹਿੰਦੇ ਨਹੀਂ ਜੀ ਤੁਸੀਂ ਰਹੋ ਅਸੀਂ ਤੁਹਾਡਾ ਨਾਮ ਨਹੀਂ ਕੱਢਣਾ ਧੰਨ ਬਾਬਾ ਕਰਮ ਸਿੰਘ ਜੀ ਕਹਿੰਦੇ ਅੱਛਾ ਪਹਿਲਾਂ ਇੰਜ ਕਰੋ ਰਜਿਸਟਰ ਖੋਲ ਕੇ ਵੇਖੋ ਮੇਰਾ ਨਾਮ ਵਿੱਚ ਹੈਗਾ ਵੀ ਕਿ ਨਹੀਂ ਤੇ ਜਦੋਂ ਰਜਿਸਟਰ ਖੋਲਿਆ ਕਹਿੰਦੇ ਸਾਰਾ ਰਜਿਸਟਰ ਖੋਲ ਲਿਆ ਬਾਬਾ ਕਰਮ ਸਿੰਘ ਦਾ ਵਿੱਚ ਨਾਮ ਹੀ ਨਹੀਂ ਨਿਕਲਿਆ ਹੋਤੀ ਮਰਦਾਨ ਦੇ ਚਮਕਦੇ ਸਤਾਰੇ ਬਾਬਾ ਕਰਮ ਸਿੰਘ ਜੀ ਉਹਨਾਂ ਵਾਸਤੇ ਵੀ ਰੱਬ ਆਪ ਪਹਿਰਾ ਦੇਣ ਵਾਸਤੇ ਕਲਗੀਧਰ ਪਾਤਸ਼ਾਹ ਆਏ ਸੀ ਹੁਣ ਸੁਣਿਓ ਭਗਤ ਤ੍ਰਿਲੋਚਨ ਜੀ ਦੇ ਘਰ ਪਰਮੇਸ਼ਰ ਜੀ ਆਪ ਨੌਕਰੀ ਕਰ ਰਹੇ ਹੈ ਪਹਿਰਾ ਦੇ ਰਹੇ ਸੇਵਾ ਕਰ ਰਹੇ ਪ੍ਰਸ਼ਾਦੇ ਬਣਾਉਂਦੇ ਸਬਜ਼ੀਆਂ ਬਣਾਉਂਦੇ ਛਕਾਉਂਦੇ ਵਰਤਾਉਂਦੇ ਭਾਂਡੇ ਮਾਂਜਦੇ ਕੱਪੜੇ ਧੋਂਦੇ ਹੈ ਜਿਵੇਂ ਮੈਂ ਬੇਨਤੀ ਕਰਦਾ ਸੀ ਵੀ ਜੇ ਮਾਤਾ ਨੇ ਛੇ ਪ੍ਰਸ਼ਾਦੇ ਰੱਖ ਲੈ ਛੇ ਹੀ ਖਾ ਲੈ ਮੋੜਿਆ ਕੋਈ ਨੀ ਜੇ ਦੋ ਰੱਖ ਲੈ ਦੋ ਹੀ ਛਕ ਤੀਸਰਾ ਮੰਗਿਆ ਕੋਈ ਨੀ ਕਹਿੰਦੇ ਇੱਕ ਦਿਨ ਨਾ ਮਾਤਾ ਦੇ ਮਨ ਵਿੱਚ ਆਇਆ ਬੈਠੇ ਬੈਠੇ ਕਹਿਣ ਲੱਗੇ ਵੀ ਅੰਤਰ ਜਾਮੀ ਅੱਛਾ ਇੰਨਾ ਚਿਹਰ ਹੋ ਗਿਆ ਤੈਨੂੰ ਮੇਰੇ ਕੋਲ ਰਹਿੰਦਿਆਂ ਮੈਨੂੰ ਤੇਰੀ ਭੁੱਖ ਦਾ ਹਿਸਾਬ ਨਹੀਂ ਆਇਆ ਅੱਜ ਤੱਕ ਹੁੰਦਾ ਹੈ ਨਾ ਵੀ ਮੈਨੂੰ ਤੇਰੀ ਭੁੱਖ ਦਾ ਨਹੀਂ ਹਿਸਾਬ ਆਇਆ ਕਹਿੰਦੇ ਮਾਂ ਕੀ ਹੋਇਆ ਕਹਿੰਦੇ ਜੇ ਮੈਂ ਛੇ ਰੱਖੇ ਤੂੰ ਛੇ ਹੀ ਖਾ ਗਿਆ ਜੇ ਮੈਂ ਵੱਡੇ ਬਾਟੇ ਚ ਸਬਜ਼ੀ ਦਾਲ ਭਾਜੀ ਪਾਤੀ ਤੂੰ ਉਹ ਚ ਛਕ ਗਿਆ ਜੇ ਛੋਟੇ ਚ ਪਾਤੀ ਉਹ ਚ ਛਕ ਗਿਆ ਨਾ ਕਦੇ ਮੋੜਿਆ ਤੇ ਨਾ ਕਦੇ ਮੰਗਿਆ ਕਹਿੰਦੇ ਅੱਛਾ ਫਿਰ ਕਹਿੰਦੇ ਮੈਂ ਤੇਰੀ ਭੁੱਖ ਵੇਖਣੀ ਚਾਹੁੰਦੀ ਹਾਂ ਵੀ ਕਿੰਨੀ ਕੁ ਤੇਰੀ ਭੁੱਖ ਅੰਤਰਜਾਮੀ ਕਹਿਣ ਲੱਗੇ ਮਾਂ ਛੱਡ ਕੀ ਲੈਣਾ ਹੈ ਮੈਨੂੰ ਰਜਾ ਕੇ ਰੱਬ ਨੂੰ ਰਜਾਇਆ ਕਿਸੇ ਨੇ ਉਹ ਤੇ ਸਾਰੇ ਸੰਸਾਰ ਨੂੰ 84 ਲੱਖ ਜੂਨ ਹੈ ਕਿੱਡਾ ਕਿੱਡਾ ਉਹਦਾ ਹਿਸਾਬ ਕਿਤਾਬ ਤਕੜਾ ਹੋਏਗਾ ਉਹ ਕਿਸੇ ਨੂੰ ਵੀ ਭੁੱਖੇ ਰਹਿਣ ਨਹੀਂ ਦਿੰਦਾ ਇੱਕ ਨਿਗਾਹ ਨਾਲ ਵੇਖਦਾ ਭਾਵੇਂ ਕੋਈ ਚੋਰ ਹੈ ਭਾਵੇਂ ਕੋਈ ਸਾਧ ਹੈ ਰੱਬ ਦਿੰਦਾ ਸਾਰਿਆਂ ਨੂੰ ਹੀ ਹੈ
है फर्क करता किसी का कदे वेख्या इन्ने संसार नू वंडदे होए कोई रह गया होवे प्यार रह गया जी नहीं मारा सारिया नू दे जांदे अच्छा नहीं अंतर जामी मैं वेखना है भी तेरी भुख किन्नी गई अंतर जामी ने बड़ा किया मां मैनू अज तक कोई रजा नहीं सकिया ते ना मैं रजना है ददा दाता एक है सब को देवन जड़ सारिया नू दंदा है उनू आप किधर रजा लांगे भाई कहते नहीं मैं अज तेनू रजाउणा कहते मां ना जिद कर मैनू नहीं कोई रजा सकदा कहते नहीं मैं रजाउणा कहते अज मैं तेनू रजाउणा मैं वेखना तेरी भुख किन्नी कह कहते अच्छा फिर गुन ला आटा मां ने ऐ पड़ोली चो आटा गुनिया ऐ परात भर के आटे च गुन लिया चुले दे कोल बह गए कहते लै मैं ताजिया ताजिया लाई जानी तू छकी जा अच्छा कहते ठीक है सवेर तो माता छकाउण लगी दुपहरा आ गया अंतर जामी छकड़ो ही नहीं हट दे अच्छा करदिया कराउंदिया कहते पड़ोली चो आटा मुक गया जो मुकया ना अपने पंजाब की इदा की रीत है कि ना संसार की भी जे अपने नहीं है गुआढ़ियों को ले आओ जो सारा आटा मका के लौटा वेला जो हो जाए बीबी बार गई गुआढ़ भैने इदा कर मैनू एक परात काटे दी दे दे वो कहती बीबी वेख थोड़े घर के लंगर चलता ही रहा थोड़े पदार्थों की कमी तो कदे आई नहीं अज किवें मुक गया भगत त्रिलोचन के घरों ना कहन लगी जी की दसा एक आ गया जन्मा जन्मांतरां दा भुखा रजण दा ना ही नहीं लैंदा पड़ोलियो आटा मुक गया मैं पका पका थक गई पर ओ खांदा नहीं थकिया निंदिया करदा ते निंदिया दी जगह ते रब रहिंदा नहीं रहिंदा ते जदों निंदिया होई ना इधरों आटा लैके भगत त्रिलोचन दे घरों माता जी घर आए वाजा मार दी वे अंतर जामी आप प्रसादा छक लै हुण अंतर जामी होवे ते आवे महाराज कहिंदे निंदा भली किसे की नाही मन मुख मुग्ध करा निंदिया नहीं रब नूं चंगी लगदी अंतर जामी जी चले गए बड़ा लभिया गलियां दे विच माता ने पर किथे लभदे ऐ शामा होईयां भगत त्रिलोचन जी घर आए आवाज मारी वो अंतर जामी जल लिया अंतर जामी नहीं आए माता जी आ गए कहते अंतर जामी कि चले गया कहते लो कि चले गया नाले उन्हें शर्त रखी सी भी मैं जब तक मेरी निंदा नहीं हुई मैं जाना नहीं मैनू लगता तू ओदी निंदा कर कहते हां स्वामी मैं उन्हें बजाउण लग पई महाराज जी कहते नारायण निंद सकाहे भुली गुवारी दुकृत सुकृत धारो भोड़िए जेदी निंदा की कोई आम नहीं सी रब सी तू ते भुल गई है नाथ गुवारे निंदा नारायण दी करी तू ते भुल गई है भुल गई नार गवारे निंदिया नारायण दी करी ओ तू ते भुल गई नार गवारे निंदिया नारायण दी करी तू ते भुल गई नार गवारे निंदिया नारायण दी करी ओ तू ते भुल गवारे निंदिया नारायण दी करी तू ते भुल गई नार गवारे निंदिया नारायण दी करी तू ते भुल गई नार गवारे निंदिया नारायण दी करी ओ तू ते भुल गई नार गवारे निंदिया नारायण दी करी ओ भुल गई नार
ध्यान रहण दी करी। ओ तू ते भुल गई है नार गवारे ध्यान रहण दी करी। तू ते भुल गई है नार गवारे ध्यान रहण दी करी। महाराज जी कहंदे तू भुल गई है जेदी निंदिया कीती ओ कोई आम नी नारायण सी। ते गुरमुख प्यारियो जेडे साधु संत महात्मा हुंदे ना साध की महिमा भेद ना जानै जेता सुनै किताब रब दी महिमा। माफ करो रब दे प्यारियां दी महिमा साधु संत महात्मा दी महिमा ये आपां रल मिल के करन दा जतन कर सकते हैं पर कह नहीं सकते भी वो किड्डे क वड्डे है क्योंकि वेद कतेब ये भी उहदी महिमा नूं कर नहीं सकते। आओ पंथ प्रसिद्ध जथा बीबी दलेर कौर जी आए उन्होंने हाजरी भरनी है। आपां एक धारना पढ़ के फिर समाप्ति करिए जिवें जिवें फिर प्रबंधकां दा हुक्म है आप जी ने चलना। साधुआं दी महिमा की कत सुनाइए भाई। महाराज जी कहते महिमा अपर अपार है साधुआं दी महिमा की सुनाइए संगते। साधुआं दी महिमा की सुनाइए संगते। साधुआं तो बारे बारे जाइए संगते। साधुआं तो बारे बारे जाइए संगते। साधुआं दी महिमा की सुनाइए संगते। साधुआं दी महिमा की सुनाइए संगते। साधुआ तो वारे वारे जाइए संगते। साधुआ तो वारे वारे जाइए संगते। साधुआ दी महिमा की सुनाइए संगते। साधुआ दी महिमा की सुनाइए संगते। साधुआ तो वारे वारे जाइए संगते। साधुआ तो वारे वारे जाइए संगते। रब दे साधुआ दा दरबार जी। रब दे साधुआ दा दरबार जी। साधुआ दी महिमा अपनी अपार जी। साधुआ दी महिमा अपनी अपार जी। ओ रब दे साधुआ दा दरबार जी। रब दे साधुआ दा दरबार जी। साधुआ दी महिमा अपने अपार जी। साधुआ दी महिमा अपने अपार जी। रब दे साधुआ दा दरबार जी। ओ रब दे साधुआ दा दरबार जी। साधुआ दी महिमा अपने अपार जी। साधुआ दी महिमा अपने अपार जी। ओ बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। ओ बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। ओ बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। महाराज कहंदे बड़ी सोच सोच के बोलदे आ पर जो बोल दंदे आ ना सच हो जांदा। बोला नहीं जांदा। साधु बोले सहज सुभाए। साधु का बोलिया व्यर्था ना जाए। व्यर्था नहीं जाता। बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। ओ बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। बड़ी सोच सोच मुंह गल कट दे। बड़ी सोच सोच मुंह गल कट दे। साधु कदे भुला ना बचन छड दे। साधु कदे भुला ना बचन छड दे। साधुआं दी महिमा की सुनाइए संगते। साधुआं दी महिमा की सुनाइए संगते। साधुआं तो वारे वारे जाइए। साधुआं तो वारे वारे जाइए संगते। ओ साधुआं दी महिमा की सुनाइए संगते। साधुआं दी महिमा की सुनाइए संगते।
ਵਾਰੇ ਵਾਰੇ ਜਾਈਏ ਮੰਗਦੇ ਸਾਧੂਆਂ ਨੂੰ ਵਾਰੇ ਵਾਰੇ ਜਾਈਏ ਮੰਗਦੇ ਸਾਧੂਆਂ ਦੀ ਮਹਿਮਾ ਕੀ ਸੁਣਾਈਏ ਸੰਗਦੇ ਉਹ ਸਾਧੂਆਂ ਦੀ ਮਹਿਮਾ ਕੀ ਸੁਣਾਈਏ ਮੰਗਦੇ ਸਾਧੂਆਂ ਨੂੰ ਵਾਰੇ ਵਾਰੇ ਜਾਈਏ ਸੰਗਦੇ ਸਾਧੂਆਂ ਨੂੰ ਵਾਰੇ ਵਾਰੇ ਜਾਈਏ ਸੰਗਦੇ ਸਾਧੂਆਂ ਦੀ ਮੋੜ ਦਾ ਨਾ ਕਰ ਤਾਰ ਜੀ ਸਾਧੂਆਂ ਦੀ ਮੋੜ ਦਾ ਨਾ ਕਰ ਤਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਉਹ ਸਾਧੂਆਂ ਦੀ ਮੋੜ ਦਾ ਨੰਗਰ ਤਾਰ ਜੀ ਸਾਧੂਆਂ ਦੀ ਮੋੜ ਦਾ ਨੰਗਰ ਤਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮੋੜ ਦਾ ਨੰਗਰ ਤਾਰ ਜੀ ਸਾਧੂਆਂ ਦੀ ਮੋੜ ਦਾ ਨੰਗਰ ਤਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਉਹ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਉਹ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਸਾਧੂਆਂ ਦੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਉਹ ਡੁੱਬਦੇ ਹੋਇਆਂ ਨੂੰ ਸਾਧੂ ਲਾਉਂਦੇ ਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਇੱਕ ਗੱਲ ਸੁਣਿਓ ਜਿਹੜਾ ਸਾਧੂ ਹੈ ਉਹਨੂੰ ਲਿਹਾਜ਼ ਕੋਈ ਨਹੀਂ ਅੱਛਾ ਤੇ ਸਾਧੂ ਸਕਾ ਵੀ ਕਿਸੇ ਦਾ ਨਹੀਂ ਹਰ ਕੋਈ ਸਾਧੂ ਦੀ ਰਮਜ ਵੀ ਨਹੀਂ ਜਾਣਦਾ ਤੇ ਹਰ ਕੋਈ ਉਹਦਾ ਪਿਆਰ ਵੀ ਮਾਣ ਨਹੀਂ ਹਰ ਕੋਈ ਨਹੀਂ ਸਾਧੂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸਾਧੂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸਾਧੂ ਦਾ ਪਿਆਰ ਮਾਣਦਾ ਹਰ ਕੋਈ ਨਹੀਂ ਸਾਧੂ ਦਾ ਪਿਆਰ ਮਾਣਦਾ ਉਹ ਹਰ ਕੋਈ ਨਹੀਂ ਸਾਧੂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸਾਧੂ ਦੀ ਰਮਜ ਜਾਣਦਾ ਹਰ ਕੋਈ ਨਹੀਂ ਸਾਧੂ ਦਾ ਪਿਆਰ ਮਾਣਦਾ ਹਰ ਕੋਈ ਨੀ ਸਾਧੂ ਦਾ ਪਿਆਰ ਮਾਣਦਾ ਹਰ ਕੋਈ ਨੀ ਸਾਧੂ ਦੀ ਰਮ ਜਾਣਦਾ ਹਰ ਕੋਈ ਨੀ ਸਾਧੂ ਦੀ ਰਮ ਜਾਣਦਾ ਹਰ ਕੋਈ ਨੀ ਸਾਧੂ ਦਾ ਪਿਆਰ ਮਾਣਦਾ ਉਹ ਹਰ ਕੋਈ ਨੀ ਸਾਧੂ ਦਾ ਪਿਆਰ ਮਾਣਦਾ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਉਹ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਸਾਧੂਆਂ ਨੂੰ ਪਾਉਂਦਾ ਨਹੀਂ ਉਹ ਹੰਕਾਰ ਜੀ ਸਾਧੂਆਂ ਦੀ ਮਹਿਮਾ ਅਪਰੇ ਅਪਾਰ ਜੀ ਇੱਕ ਵਾਰੀ ਨਾ ਬਾਬਾ ਨਾਮ ਸਿੰਘ ਜੀ ਦੇ ਕੋਲ ਕੋਈ ਆਏ ਉਹਨੇ ਲੱਖ ਰੁਪਈਆ ਰੱਖ ਕੇ ਬਾਬਾ ਨਾਮ ਸਿੰਘ ਜੀ ਦੇ ਸਮੇਂ ਦੀ ਗੱਲ ਇਹ ਮੱਥਾ ਟੇਕਿਆ ਮੈਂ ਬੇਨਤੀ ਕਰਦਾ ਸੀ ਵੀ ਸਾਧੂ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਤੇ ਮਹਾਂਪੁਰਖਾਂ ਨੇ ਵੇਖਿਆ ਹੀ ਨੇੜੇ ਨੂੰ ਹੋ ਕੇ ਕਹਿੰਦਾ ਬਾਬਾ ਜੀ ਮੈਂ ਲੱਖ ਰੁਪਈਆ ਮੱਥਾ ਟੇਕਿਆ ਮਹਾਂਪੁਰਖਾਂ ਨੇ ਫਿਰ ਅਣਗੌਲਿਆ ਜਿਹਾ ਕਰਤਾ ਇਹ ਨਹੀਂ ਵੇਖ ਨੇੜੇ ਨੂੰ ਹੋਇਆ ਫਿਰ ਕਹਿੰਦਾ ਬਾਬਾ ਜੀ ਪੂਰਾ ਲੱਖ ਹੈ ਲੱਖ ਤੇ ਮਹਾਂਪੁਰਖਾਂ ਨੂੰ ਕੀ ਹੈ ਮਾਇਆ ਤੇ ਤਰਲੇ ਕਰਦੀ ਹੈ ਮਹਾਂਪੁਰਖੋ ਸਾਨੂੰ ਚਰਨੀ ਲਾ ਲਓ ਫਿਰ ਨੇੜੇ ਨੂੰ ਹੋਇਆ ਕਹਿੰਦਾ ਮਹਾਂਪੁਰਖੋ ਮੇਰੇ ਅਰਗਾ ਸੇਵਾਦਾਰ ਨਹੀਂ ਲੱਭਣਾ ਲੱਖ ਰੁਪਈਆ ਤੇ ਕਹਿੰਦੇ ਮਹਾਂਪੁਰਖਾਂ ਨੇ ਨਾ ਐਂ ਜੁੱਤੀ ਦੀ ਨੋਕ ਨਾਲ ਵਗਾ ਕੇ ਮਾਰਿਆ ਕਹਿੰਦੇ ਜਾ ਤੁਰ ਜਾ ਜੇ ਤੇਰੇ ਵਰਗਾ ਸੇਵਾਦਾਰ ਨਹੀਂ ਮਿਲਣਾ ਤੇ ਗੁਰੂ ਨਾਨਕ ਦੇ ਦਰ ਘਰ ਵਰਗਾ ਤਿਆਗੀ ਵੀ ਤੈਨੂੰ ਕੋਈ ਨਹੀਂ ਮਿਲਣਾ ਇੱਥੇ ਹੰਕਾਰ ਨਹੀਂ ਪਾਉਂਦਾ ਇੱਥੇ ਜੇ ਕੋਈ ਭਾਵਨਾ ਨਾਲ ਕੌਡੀ ਰੱਖ ਕੇ ਵੀ ਮੱਥਾ ਟੇਕਦਾ ਨਾ ਭਾਵ ਨਹੀਂ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰਸਰਬ ਦਾ ਐਸਾ ਸਾਧੂਆਂ ਦਾ ਦਰਬਾਰ ਸੋ ਆਪ ਜੀ ਵੱਡੇ ਭਾਗਾਂ ਵਾਲਿਓ ਨਗਰੀ ਭਾਗਾਂ ਵਾਲੀ ਹੈ ਜਿੱਥੇ ਸਾਧੂ ਆਉਂਦੇ ਹੈ ਭਾਗਾਂ ਵਾਲਾ ਸਥਾਨ ਹੁੰਦਾ ਹੈ ਜਿੱਥੇ ਸਾਧੂ ਚੱਲ ਕੇ ਆਉਂਦੇ ਹੈ ਇਹ ਨਗਰ ਨਿਵਾਸੀ ਸਾਰੇ ਆਪ ਜੀ ਭਾਗਾਂ ਵਾਲਿਓ ਜਿੱਥੇ ਬਾਬਾ ਉਦੇ ਸਿੰਘ ਮਹਾਰਾਜ ਜੀ ਨੇ ਆਣ ਕੇ ਬੰਦਗੀ ਕੀਤੀ
तपस्या की हुई बेअंत भुलों की माफी। समूह प्रबंधक वीर का धन्यवाद, समूह संगत का धन्यवाद। आए हुए जथे जियो आया पंथ का बहुत प्रसिद्ध जथा है। आप जी ने ऐसे तरह बेनती है भी ऐसे तरह आप जी ने जुड़े रहना है, गुरु की महिमा जथे पासों सरवण करनी है। अखीरली धारना पढ़ के फिर आप समाप्ति कर दीए। ओ तां धरती वाली जिथे संत साध उतरे, ओ तां धरती वाली जिथे संत साध उतरे, ओ तां धरती नसीबां वाली जिथे संत साध उतरे, ओ तां धरती नसीबां जिथे संत साध उतरे, ओ तां धरती नसीबां वाली जिथे संत साध उतरे, ओ तां धरती नसीबां वाली जिथे संत साध उतरे। हां जिथे संत जी साध उतरे, जिथे संत साध उतरे, हो जिथे संत जी साध उतरे, हो जिथे संत जी हाँ साध उतरे, हाँ जिथे संत जी हो साध उतरे, जिथे संत जी हाँ साध उतरे, जिथे संत साध उतरे, धरती नसीबां वाली जिथे संत साध उतरे, ओ तां धरती नसीबां वाली जिथे संत साध उतरे, हो धरती नसीबां वाली जिथे संत साध उतरे, ओ तां धरती नसीबां वाली जिथे संत साध उतरे, धरती नसीबां वाली जिथे संत साध उतरे, बागां वाली ओ धरती है जिथे साधुआं दा वासा, बैकुंठ नगर जहां संत वासा। अठ सठ तीर्थ जय साध पग तरै तहां बैकुंठ जय नाम उचरै। महाराज जी कहिंदे आ 68 तीर्थां दा उत्थे वासा हो जांदा जिथे साधु चरण रखदा। वड्डिया भागां वाले आपां सारे ऐसे महापुरख बाबा उदय सिंह जी दी याद दे विच उहनां दे तप स्थान ते बैठ के हाजरियां भर रहे होईआं बेअंत भुल्लां दी माफी। गज वज के गुरफते की सांझ पाओ, कोई रसना वांझी ना रवे, गज के आखो वाहे गुरु जी का वाहे गुरु जी की फतेह, वाहे गुरु जी का खालसा वाहे गुरु जी की फतेह। ये सन बहुत ही सत्कारयोग भाई साहब भाई मलकीत सिंह जी जिन्होंने अपने समूह जथे दे नाल आप जी नूं गुरबाणी के अंदर जो 15 भगतों की बाणी दर्ज है उन्हां दे विचों भगत त्रिलोचन जी के जीवन के नाल संबंधित जो साखी है जो इन्हां दा इतिहास है वह आप जी नूं सरवण कराया है जिस तों सानूं सिख्या।